ਸ਼ਾਦੀ ਸ਼ਾਦੀ ਤੇ ਆਵੇਂ ਬਸ ਹੋਰ ਦੋ ਸਾਲੀ ਅੱਛਾ ਉਹ ਨਾ ਮੈਨੂੰ ਮੈਂ ਉੱਥੇ ਬਹਿ ਗਿਆ ਉਹ ਕਹਿਣ ਲੱਗੀ ਜੀ ਬਈ ਆਪ ਹੀ ਜੇ ਚਲੇ ਜਾਓ ਉਹ ਮੈਨੂੰ ਤੇ ਸੁਣੀ ਤਾਂ ਆਪੀ ਜੀ ਮੈਨੂੰ ਕਹੋ ਆਪ ਜੀ ਕਿਸਨੂੰ ਕਹਿ ਰਹੇ ਆਪ ਹੀ ਜੇ ਚਲੇ ਜਾਓ ਆਪ ਹੀ ਜੀ ਕਿਉਂ ਨਹੀਂ ਜਾਂਦੇ ਆਪ ਬੈਠੇ ਹੁੰਦੇ ਜਾ ਅੱਛਾ ਉੱਥੇ ਬੜੇ ਵੱਡੇ ਹੈੱਡ ਮਾਸਟਰ ਜਾਂ ਕੋਈ ਵੀ ਹੈ ਫਰੰਟ ਹੈ ਉਹਦੇ ਨਾਲ ਮੈਂ ਉੱਠਾਂ और कौन था बीआईपी है हमारे अलावा हमारी वजह से ये और लोग आ रहे हैं उसने कहा सर जी बात यह है कि बीआईपी का मकसद ये नहीं है कि और बहुत आपसे अहम लोग आ रहे हैं इधर हमारे जो क्लर्क है ना उन्होंने हमें दे रहे हैं इसके क्वाइट वगैरह भी हमने अनाउंसमेंट करनी होती है तो वो कौन सा फर्स है कौन सा कई कैटेगरी नहीं है फिर मैं कह हूँ ठीक है ये आपके क्लैरिकल आप कहें कि ये हमारा क्लैरिकल जो है आप कह रहे हैं बी ए पी है बी ए पी कहीं सारे बी ए पी सारे सदे इतने जेड़ा कोई पहनते बह जाए वो भी बी ए पी है जेड़ा चलो उठा देता वो भी बी ए पी उठा देता हाँ जी उठा देता फिर मिनोर चले गए उठे गड्डिया आ गई जरा मैं फिर जाके अगे बह गई उठे फिर बेचारे चेयरमैन फिर आ गया उसने कहा भाई आप पीछे वो है आपकी जगह मैंने कहा वो आ जाओ ये किसके लिए उसने कहा सर जी हाँ डीसी बैठे हो तेरा यार तू भी साहब ना बस सारी जिंदगी बस इसी तरह इसे तरह खाली कर दिया ਲੈ ਕਿਤਾਬਾਂ ਸੱਤ ਅੱਠ ਕਿਤਾਬਾਂ ਛਾਪ ਛੜੀਆਂ ਹੋਰ ਤੋਂ ਵੱਧ ਤੁਹਾਡੇ ਵਾਸਤੇ ਕੀ ਬਣਦਾ ਕਿਆ ਮੈਂ ਸੱਤ ਅੱਠ ਕਿਤਾਬਾਂ ਲਿਖ ਛੜੀਆਂ ਹੋਰ ਤੁਹਾਡੇ ਵਾਸਤੇ ਕੀ ਕਰਦੇ ਨਹੀਂ ਯਾਰ ਪਹਿਲੀ ਗੱਲ ਇਹ ਆ ਕਿ ਜਾਨ ਸਾਹਿਬ ਕੋਈ ਐਸਾ ਜਗ੍ਹਾ ਨਹੀਂ ਐਸੀ ਜਗ੍ਹਾ ਨਹੀਂ ਕਿ ਅੰਦਰ ਹੀ ਲੱਗ ਜਾਵੇ ਪਰ ਅੱਲਾ ਦਿੰਦਾ ਸੀ ਮੇਰਾ ਤੇ ਕੋਈ ਕਮਾਲ ਨਹੀਂ ਸਹੀ ਮਸਲਨ ਡਾਇਸ ਤੇ ਬੁਲਾ ਕੇ ਆਨਰ ਨਾਲ ਕੋਈ ਚੀਜ਼ ਮਿਲ ਜਾਏ ਇਹ ਜਗ੍ਹਾ ਦਾ ਕਰ ਨਹੀਂ ਬਸ ਹੋਰ ਕੀ ਕਰਾਂਗਾ ਇੱਜ਼ਤ ਦੀ ਗੱਲ ਹੈ ਵੀ ਚਾ ਮੈਂ ਉੱਥੇ ਡੀਐਸਸੀ ਚਲਾ ਗਿਆ ਜੀ ਲਾਹੌਰ ਉੱਥੇ ਵੱਡੇ ਵੱਡੇ ਬੰਦੇ ਜੀ ਪੰਜਾਬ 'ਚ ਉਹਨਾਂ ਨੇ ਚੁਣਿਆ 400 ਬੰਦਾ ਸੱਦਿਆ ਬਹੁਤ ਵੱਡਾ ਵੱਡਾ ਹੁਣ ਸਾਡੇ ਕੋਲ ਤੇ ਨਹੀਂ ਉੱਥੇ ਉਹਨਾਂ ਨੇ ਸਿਰਫ ਦੋ ਆਦਮੀਆਂ ਨੂੰ ਆਨਰ ਦਿੱਤੀ ਸੀ ਉਹਨਾਂ ਨੇ ਸਾਰਾ ਚਾਰ ਦੇਖੇ ਸਰ ਜੀ ਹੁਣ ਉੱਠਣਾ ਪੈਣਾ ਨਹੀਂ ਉੱਠਣਾ ਪੈਣਾ ਸੀ ਬੈਠੇ ਵੀ ਨਾ ਦੇਖੇ ਉਠਾਏ ਵੀ